ਕਿ ਆ ਕੇ ਮੈਂ ਤਾਂ ਸਿਰਫ ਪੜ੍ਹਨਾ ਹੀ ਇਹਦੀ ਪ੍ਰੋੜਤਾ ਇਹਦੀ ਤਾਈਦ ਇਹਦੀ ਤਾਈਦ ਵਜੀ ਭਾਈ ਪ੍ਰਕਾਸ਼ ਸ਼ਰਮਾ ਨੂੰ ਸੀਨੀਅਰ ਵਾਈਸ ਪ੍ਰੈਜੀਡੈਂਟ ਨੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹੇ ਨੇ ਕੁਰਬਾਨੀ ਵਾਲਾ ਪਰਿਵਾਰ ਹੈ ਅਤੇ ਹਜ਼ਾਰੋਂ ਸਿੱਖ ਨੇ ਮੈਂ ਉਹਦਾ ਪੜ੍ਹਨ ਲੱਗਾ ਤੁਸੀਂ ਵੀ ਸਾਰੇ ਜਿਹਨਾਂ ਜਿਹਨਾਂ ਆਪਣੇ ਕਾਪੀ ਚਲੀ ਗਈ ਹੈ ਮੇਰੇ ਨਾਲ ਪੜ੍ਹਦੇ ਜੋ ਮੈਂ ਬੋਲਦਾ ਤੁਸੀਂ ਨਾਲ ਜ਼ਰੂਰ ਪੜ੍ਹੋ ਤਾਂ ਕਿ ਹਾਊਸ 'ਤੇ ਧਿਆਨ ਵਿੱਚ ਆ ਜਾਵੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੰਟੈਲੀਗੇਟ ਸੈਸ਼ਨ ਗੁਰੂ ਨਾਨਕ ਭਵਨ ਸ਼੍ਰੀ ਅੰਮ੍ਰਿਤਸਰ 15 ਦਸੰਬਰ 2014 ਨੂੰ ਪੇਸ਼ ਅਤੇ ਪਰਿਵਾਰ ਕੀਤੇ ਮਤਿਆਂ ਦਾ ਪਹਿਲਾ ਮਤਾ ਰਾਜਸੀ ਮਤਾ ਅੱਜ ਦਾ ਇਹ ਇਤਿਹਾਸਿਕ ਇਕੱਠ ਖਾਲਸਾ ਪੰਥ ਦੀ ਰੂਹ ਉਮੰਗਾਂ ਆਸ਼ਿਆਂ ਅਤੇ ਅਕਾਲ ਪੁਰਖ ਦੀ ਆਗਿਆ ਅਧੀਨ ਚਲਾਇਆ ਅਤੇ ਇਸ ਦੀ ਪ੍ਰਤੀਨਿਧਤਾ ਕਰਦਿਆਂ ਖਾਲਸਾ ਪੰਥ ਦੀ ਅਡਰੀ ਨਿਆਰੀ ਅਤੇ ਵਿਲੱਖਣ ਹਸਤੀ ਅਤੇ ਇਸਦੀ ਫਲੀ ਪੂਰਤੀ ਲਈ ਦੇਸ਼ਕਾਲ ਸਿੱਖ ਹੋਮਲੈਂਡ ਅਥਵਾ ਖਾਲਿਸਤਾਨ ਦੀ ਮੰਜ਼ਿਲ ਨੂੰ ਪਹੁੰਚਣ ਅਤੇ ਪ੍ਰਾਪਤ ਕਰਨ ਲਈ ਵਚਨਬੱਧ ਹੈ ਸਿੱਖ ਇੱਕ ਵੱਖਰੀ ਕੌਮ ਅਤੇ ਜਨਮ ਸਿੱਧ ਪ੍ਰਭੂ ਸਤਾ ਸੋਵਰਟੀ ਦੀ ਵਾਰਸ ਅਤੇ ਹੱਕਦਾਰ ਹੈ ਕਿਸੇ ਵੀ ਵਿਧਾਨ ਸੰਵਿਧਾਨ ਰਾਜ ਪ੍ਰਣਾਲੀ ਨਾਲ ਸੰਬੰਧਿਤ ਰਾਜਸੀ ਢਾਂਚੇ ਨੂੰ ਮੁੱਢੋਂ ਹੀ ਨਕਾਰਦਾ ਹੈ ਅਤੇ ਆਪਣੇ ਟੀਚੇ ਵੱਲ ਵਧਣ ਲਈ ਤਿਆਰ ਬਰ ਤਿਆਰ ਹੈ ਯਾਦ ਰਹੇ ਸਿੱਖ ਪੰਥ ਆਜ਼ਾਦੀ ਵੇਲੇ ਤੀਜੀ ਧਿਰ ਦੇ ਤੌਰ 'ਤੇ ਆਜ਼ਾਦ ਪੰਜਾਬ ਸਿੱਖ ਹੋਮਲੈਂਡ ਅਥਵਾ ਖਾਲਿਸਤਾਨ ਦਾ ਹੱਕਦਾਰ ਸੀ ਅਤੇ ਉਹ ਦਾਅਵਾ ਜਿਉਂ ਦਾ ਤਿਉਂ ਕਾਇਮ ਹੈ ਭਾਰਤੀ ਸੰਵਿਧਾਨ ਸਿੱਖਾਂ ਉੱਤੇ ਠੋਸਿਆ ਗਿਆ ਹੈ ਅਤੇ ਸਿੱਖ ਪ੍ਰਤੀਨਿਧਾਂ ਵੱਲੋਂ ਇਸ ਨੂੰ ਅਪਰਵਾਨ ਕਰਦੇ ਰੱਦ ਕਰ ਦਿੱਤਾ ਗਿਆ ਸੀ ਭਾਰਤ ਦੇ ਸੰਵਿਧਾਨ